ਹੁੰਦਾ ਕਿ 35 ਸਾਲ ਇਸ ਖੂਨੀ ਸਾਕੇ ਨੂੰ ਕੋਈ ਨਹੀਂ। ਹਜ਼ਾਰਾਂ ਨਿਰਦੋਸ਼ ਸਿੱਖ ਦੇ ਵਿੱਚ ਮਾਰੇ ਗਏ, ਬੀਬੀਆਂ ਬੇਪਤ ਹੋਈਆਂ, ਅਰਬਾਂ ਰੁਪਈਆਂ ਦੀ ਪ੍ਰਾਪਰਟੀ ਦਾ ਨੁਕਸਾਨ ਹੋਇਆ। ਲੇਕਿਨ ਜਿਨ੍ਹਾਂ ਲੀਡਰਾਂ ਦੇ ਉੱਤੇ ਸ਼ਰਿਆਂ ਇਹ ਇਲਜ਼ਾਮ ਲੱਗੇ ਕਿ ਉਹ ਮੌਕੇ 'ਤੇ ਹਾਜ਼ਰ ਸੀ, ਉਹਨਾਂ ਨੇ ਭੀੜਾਂ ਦੀਆਂ ਅਗਵਾਈਆਂ ਕੀਤੀਆਂ, ਜਿਨ੍ਹਾਂ ਦੇ ਵਿਰੁੱਧ ਗਵਾਹ ਖੜ੍ਹੇ, ਉਹ ਹਾਲੇ ਤੱਕ ਕਾਂਗਰਸ ਪਾਰਟੀ ਦੀ ਮਦਦ ਦੇਣ ਕਰਕੇ ਕਚਹਿਰੀਆਂ ਦਾ ਸਾਹਮਣਾ ਕਰਨ ਤੋਂ, ਸਜ਼ਾਵਾਂ ਤੋਂ ਬਚ ਗਏ। ਕਮਲਨਾਥ ਦਾ ਵੀ ਨਾਮ ਉਹਨਾਂ ਦੇ ਵਿੱਚ ਸ਼ਾਮਿਲ ਹੈ। ਇੱਕ ਅੰਗਰੇਜ਼ੀ ਦੇ ਅਖਬਾਰ ਦੇ ਸੀਨੀਅਰ ਜਰਨਲਿਸਟ ਨੇ ਮੌਕੇ ਦੇ ਉੱਤੇ ਗਵਾਹੀ ਦਿੱਤੀ ਹੈ, ਬੜੀ ਕ੍ਰੈਡੀਬਲ ਐਵੀਡੈਂਸ ਹੈ। ਪਿੱਛੇ ਵੀ ਟੀਵੀ ਦੇ ਉੱਤੇ ਆ ਕੇ ਉਹਨਾਂ ਨੇ ਕਿਹਾ, ਕਿਤਾਬਾਂ ਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਇਹ ਹਾਜ਼ਰ ਸੀ ਜਦੋਂ ਸਿੱਖਾਂ ਦੇ ਉੱਤੇ ਅਟੈਕ ਹੋਇਆ, ਉਹਨਾਂ ਨੂੰ ਜਲਾਇਆ ਗਿਆ। ਇਸੇ ਤਰ੍ਹਾਂ ਹੋਰ ਵੀ ਦਿੱਲੀ ਦੇ ਵਿੱਚ ਇੰਡੀਪੈਂਡੈਂਟ ਗਵਾਹ ਜਿਹੜੇ ਉਹਦੇ ਖਿਲਾਫ਼ ਖੜ੍ਹੇ। ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਦੇਸ਼ ਦੀ ਹੋਮ ਮਿਨਿਸਟਰੀ ਕੋਲ ਇਹ ਕੇਸ ਫਿਰ ਟੇਕਅਪ ਕੀਤਾ ਕਿ SIT ਨੂੰ ਜਿਹੜਾ ਕਿਹਾ ਜਾਵੇ ਕਿ ਇਹ ਐਵੀਡੈਂਸ ਰਿਕਾਰਡ ਕਰਕੇ ਇਹਨੂੰ ਵੀ ਸੱਜਣ ਕੁਮਾਰ ਦੀ ਤਰ੍ਹਾਂ ਸਜ਼ਾ ਦੋਏ। ਸੋ ਮੈਨੂੰ ਇਸ ਕਰਕੇ ਤਸੱਲੀ ਹੈ ਕਿ ਹੋਮ ਮਿਨਿਸਟਰੀ ਨੇ ਉਹ SIT ਨੂੰ ਭੇਜਿਆ ਔਰ ਹੁਣ ਜਿਹੜੇ ਮੌਕੇ ਦੇ ਗਵਾਹ ਆ ਉਹ ਆਪਣੀ ਗਵਾਹੀ ਦੇ ਸਕਣਗੇ ਔਰ ਇੱਕ ਆਸ ਬੱਝੀ ਹੈ ਕਿ ਕਮਲਨਾਥ ਨੂੰ ਵੀ ਜਿਹੜੇ ਉਹਦੇ ਪਾਪ ਹੈ ਉਹਦੀ ਸਜ਼ਾ ਬਣਦਾ ਮੌਕਾ ਜਿਹੜਾ ਸਮਾਂ ਆ ਗਿਆ।